ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਅਸੀਂ ਸਾਰਿਆਂ ਨੇ ਇਹ ਤਾਂ ਸੁਣਿਆ ਹੀ ਹੋਵੇਗਾ ਕਿ ਮੁ슬ਮਾਨ ਧਰਮ ਬਹੁਤ ਹੀ ਜ਼ਿਆਦਾ ਕਟੜ ਧਰਮ ਹੈ ਅਤੇ ਉਤਤੇ ਹੀ ਅਸੀਂ ਇਹ ਵੀ ਸੁਣਿਆ ਹੋਵੇਗਾ ਕਿ ਜਦੋਂ ਵੀ ਈਦ ਹੁੰਦੀ ਹੈ ਜਾਂ ਕੋਈ ਹੋਰ ਤਿਹਾਰ ਜੋ ਕਿ ਮੁਸਲਮਾਨ ਧਰਮ ਦੇ ਨਾਲ ਨਾਤਾ ਰੱਖਦਾ ਹੈ ਉਸ ਵੇਲੇ ਇੱਕ ਨੌਜਵਾਨ ਨੂੰ ਮਾਰ ਕੇ ਜਾਂ ਫਿਰ ਕਿਸੇ ਵੀ ਇਨਸਾਨ ਨੂੰ ਮਾਰ ਕੇ ਮੁਸਲਮਾਨਾਂ ਦੇ ਵੱਲੋਂ ਉਸ ਦਾ ਮੀਟ ਬਣਾਇਆ ਜਾਂਦਾ ਹੈ ਅਤੇ ਉਸ ਨੂੰ ਲੋਕਾਂ ਦੇ ਵੱਲੋਂ ਖਾਦਾ ਵੀ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਇਸ ਈਦ ਵਾਲੇ ਦਿਨ ਵੀ ਹੋਇਆ ਦਰਅਸਲ ਇਹ ਘਟਨਾ ਵਾਪਰੀ ਹੈ ਦੁਬਈ ਦੇ ਵਿੱਚ ਦਰਅਸਲ ਦੁਬਈ ਦੇ ਵਿੱਚ ਇੱਕ ਨੌਜਵਾਨ ਜੋ ਕਿ ਕਿਸੇ ਹੋਰ ਕੰਟਰੀ ਤੋਂ ਗਿਆ ਹੋਇਆ ਸੀ ਉਸ ਨੌਜਵਾਨ ਨੇ ਇੱਕ ਗਲਤੀ ਕੀਤੀ ਕਿ ਉਸ ਨੇ ਦੁਬਈ ਦੇ ਵਿੱਚ ਚੋਰੀ ਕਰ ਲਈ ਅਤੇ ਕਾਫੀ ਸਮੇਂ ਤੋਂ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀ ਕਿਉਂਕਿ ਉਸ ਨੇ ਚੋਰੀ ਕੀਤੀ ਹੋਈ ਸੀ ਪਰ ਅੱਜ ਦੇ ਦਿਨ ਜਦੋਂ ਕਿ Eid ਦਾ ਦਿਨ ਹੈ ਤਾਂ ਮੁਸਲਮਾਨਾਂ ਦੇ ਵੱਲੋਂ ਉਸ ਨੌਜਵਾਨ ਨੂੰ ਵੱਢ ਕੇ ਉਸ ਦਾ ਮੀਟ ਬਣਾ ਕੇ ਜਿੰਨੇ ਵੀ ਲੋਕ ਉਸ ਜਗ੍ਹਾ ਦੇ ਉੱਪਰ ਮੌਜੂਦ ਸਨ ਉਹਨਾਂ ਦੇ ਵੱਲੋਂ ਖਾਧਾ ਗਿਆ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਸ ਤਿਹਾਰ ਵਾਲੇ ਦਿਨ ਕਿਸੇ ਨੌਜਵਾਨ ਦੇ ਮੀਟ ਨੂੰ ਖਾਧਾ ਜਾਂਦਾ ਹੈ ਜਾਂ ਫਿਰ ਉਸ ਦੀ ਹੱਤਿਆ ਕੀਤੀ ਜਾਂਦੀ ਹੈ ਤਾਂ ਅੱਲਾਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਇਹ ਮੰਨਣਾ ਹੈ ਮੁਸਲਿਮ ਧਰਮ ਦੇ ਲੋਕਾਂ ਦਾ ਅਤੇ ਉਹਨਾਂ ਨੇ ਇਹ ਸਭ ਕੁਝ ਇਸੇ ਕਾਰਨ ਕਰਕੇ ਹੀ ਕੀਤਾ ਹੈ ਕਿ ਉਹਨਾਂ ਨੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਫਿਰ ਉਸ ਦਾ ਮੀਟ ਬਣਾਇਆ ਅਤੇ ਮੁਸਲਿਮ ਧਰਮ ਦੇ ਲੋਕਾਂ ਦੇ ਵੱਲੋਂ ਉਸ ਦੇ ਮੀਟ ਨੂੰ ਖਾਧਾ ਗਿਆ ਜੋ ਕਿ ਸੁਣਨ ਨੂੰ ਥੋੜਾ ਜਿਹਾ ਅਜੀਬ ਲੱਗਦਾ ਹੈ ਅਸੀਂ ਇਹ ਤਾਂ ਸੁਣਿਆ ਹੋਵੇਗਾ ਕਿ ਲੋਕ ਬੱਕਰੀ ਨੂੰ ਵੱਢਦੇ ਹਨ ਜਾਂ ਫਿਰ ਉਸ ਦੀ ਬਲੀ ਦਿੰਦੇ ਹਨ ਇੱਥੋਂ ਤੱਕ ਕਿ ਲੋਕ ਗਾਈਆਂ ਨੂੰ ਵੀ ਵੱਢ ਕੇ ਖਾਂਦੇ ਹਨ ਪਰ ਕਿਸੇ ਇਨਸਾਨ ਨੂੰ ਵੱਢ ਕੇ ਖਾਣ ਬਾਰੇ ਤੁਸੀਂ ਸਾਰਿਆਂ ਨੇ ਵੀ ਪਹਿਲੀ ਵਾਰ ਸੁਣਿਆ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ ਬਿਲਕੁਲ ਇਸੇ ਤਰ੍ਹਾਂ ਹੀ ਹੁੰਦਾ ਹੈ ਉੱਥੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਕਿ ਮੁਸਲਮ ਧਰਮ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਜੇਕਰ ਕਿਸੇ ਨੂੰ ਇਸ ਧਰਮ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੁੰਦੀ ਤਾਂ ਉਹ ਇਸ ਘਟਨਾ ਦੇ ਬਾਰੇ ਵਿੱਚ ਸੁਣਦਾ ਹੈ ਕਿ ਇਸ ਤਰ੍ਹਾਂ ਕੀਤਾ ਜਾਂਦਾ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਅਜੀਬ ਵੀ ਲੱਗਦਾ ਹੋਵੇਗਾ ਪਰ ਇਸ ਧਰਮ ਦੇ ਲਈ ਇਹ ਗੱਲ ਬਹੁਤ ਹੀ ਆਮ ਹੈ ਜੋ ਕਿ ਆਪਣੇ ਆਪ ਵਿੱਚ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਹੈ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ